ਵਾਲੇਕੁਮ ਦੋਸਤੋ, ਕੀ ਹਾਲ ਚਾਲ ਆ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀ ਵੀ 'ਤੇ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦੇ ਬਟਨ ਨੂੰ ਕਰੋ ਪ੍ਰੈਸ ਕਿ ਮੇਰੀ ਹਰ ਆਉਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਤੁਹਾਡੇ ਤੱਕ ਪਹੁੰਚੇ। ਔਰ ਤੁਸੀਂ ਵੇਖੋ, ਸਭ ਤੋਂ ਪਹਿਲੇ ਇਹ 3 ਦਿਨ ਪਹਿਲੇ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਨਾਬ, ਇਸ ਸੋਹਣੀ ਮੈਂ ਦੀ ਇਹ ਪਹਿਲਟ ਝੋਟੀ ਸੀ। ਇਹ ਮੇਰੇ ਦੋਸਤ ਨੇ ਜਨਾਬ ਹਜੀ ਇਕਰਾਮ ਸਾਹਿਬ ਨੇ, ਉਹ ਜਨਾਬ ਸਿੰਧ 'ਤੇ ਚੁਣੇ। ਉਹਨਾਂ ਨੇ ਜਨਾਬ ਆਪਣੇ ਭਾਈ ਨੂੰ ਅਤੇ ਆਪਣੇ ਮੁਲਾਜ਼ਮ ਨੂੰ, ਦੋਸਤ ਨੂੰ ਭੇਜਿਆ। ਜਨਾਬ ਉਹਨਾਂ ਨੇ ਮੱਝ ਖਰੀਦੀ ਹੈ ਔਰ ਜਨਾਬ ਮੱਝ ਜਾ ਰਹੀ ਹੈ ਅੱਲਾਹ ਦੇ ਅਤੇ ਅੱਲਾਹ ਦੇ ਰਸੂਲ ਦੇ ਹਵਾਲੇ ਅਸੀਂ ਕਰ ਰਹੇ ਹਾਂ। ਇਹ ਫਾਈਨਲ ਮੱਝ ਜਨਾਬ ਉਹਨਾਂ ਨੇ ਆ ਕੇ 2-3 ਚੁਆਈਆਂ ਸੀ, ਬਲਕਿ ਟੋਟਲ 4 ਚੁਆਈਆਂ ਉਹਨਾਂ ਨੇ ਕਰਾਈਆਂ ਨੇ। ਅੱਲਾਹ ਦਾ ਫਜ਼ਲ ਹੈ, 14-15 ਦੀ ਐਵਰੇਜ 'ਚ ਦੁੱਧ ਨੇ ਟੋਟਲੀ ਫਾਈਨਲੀ ਤੌਰ 'ਤੇ ਕੀਤਾ ਹੈ। ਸੱਦਨੇ ਆ ਸਰ ਉਹਨਾਂ ਨੂੰ, ਅਸੀਂ ਵੀ ਸ਼ਾਹ ਸਾਹਿਬ ਨੂੰ ਕੋਲ ਸੱਦ ਲੈਂਦੇ ਹਾਂ। ਆਓ ਜੀ ਮੇਰੇ ਕੋਲ ਆਓ ਵੀਰ ਸਾਹਿਬ, ਤੁਸੀਂ ਵੀ ਆ ਜਾਓ, ਤੁਸੀਂ ਬਜ਼ੁਰਗੋ ਆ ਜਾਓ। ਅਸਲਾਮ ਵਾਲੇਕੁਮ ਜੀ। ਜੀ ਵਾਲੇ ਪੀਰ ਸਾਹਿਬ, ਬੰਦੇ ਆਏ ਅਤੇ ਇਹਨਾਂ ਨੇ ਚੁਆਈ ਵਾਈ ਕਰ ਲਈ, ਤਸੱਲੀ ਕਰ ਲਈ, ਕਿਸੇ ਕਿਸਮ ਦਾ ਪੂਰੀ ਫਾਈਨਲ ਤੌਰ 'ਤੇ ਤੁਸੀਂ ਮੁਤਮਿਨ ਹੋ ਆਪਣਾ ਦੇਸ਼ ਪੰਜਾਬ ਟੀ ਵੀ ਤੁਹਾਡਾ ਪਹਿਲੀ ਵਾਰ ਤੁਹਾਡਾ ਰਾਬਤਾ ਹੋਇਆ ਅਤੇ ਤੁਹਾਡਾ ਮਾਮਲਾ ਸਿੱਧਾ ਸਿੱਧਾ ਹੋ ਗਿਆ, ਮੁਤਮਿਨ ਹੋ ਤੁਸੀਂ? ਹਾਂਜੀ ਬਿਲਕੁਲ ਮੁਤਮਿਨ। ਅੱਛਾ, ਜਿਹੜੇ ਪੈਸੇ ਸੌਦਾ ਹੋਇਆ ਸੀ ਉਹੀ ਫਾਈਨਲ ਹੈ? ਜੀ ਬਿਲਕੁਲ ਉਹੀ, ਤੁਹਾਨੂੰ ਮਿਲੇ ਨੇ ਸਾਰੇ? ਹਾਂਜੀ ਮਿਲ ਗਏ। ਅੱਛਾ ਜੀ, ਹਜ਼ੂਰ ਤੁਸੀਂ ਆ ਕੇ ਮੈਂ ਜਿਹੜੀ ਚੋਈ ਹੈ ਤਸੱਲੀ ਪਾਸ ਕਰ ਲਈ ਜੀ, ਬਸ ਫਾਈਨਲ ਤੌਰ 'ਤੇ ਕੋਈ ਕਿਸੇ ਕਿਸਮ ਦੀ ਵਾਧਾ ਘਾਟਾ ਨਹੀਂ, ਠੀਕ ਠਾਕ ਰਿਹਾ ਅੱਲਾਹ ਦੇ ਫਜ਼ਲ ਨਾਲ? ਜਿਹੜੇ ਮਾਮਲੇ ਸਨ ਸਾਰੇ ਸਾਫ਼ ਸੁਥਰੇ ਹੋਏ ਨੇ ਸਭ? ਪੂਰਾ ਦੱਸੋ ਆਪਣਾ ਇਲਾਕਾ ਕਿਹੜਾ? ਕਰਾਚੀ ਤੋਂ ਹੋ ਤੁਸੀਂ ਕਿ ਹੈਦਰਾਬਾਦ ਤੋਂ? ਹੈਦਰਾਬਾਦ ਤੋਂ। ਟੰਡੋਲਾ ਯਾਰ? ਟੰਡੋਲਾ ਯਾਰ ਤੋਂ ਆਏ ਨੇ। ਹੈਦਰਾਬਾਦ ਦੇ ਨਾਲ ਹੀ ਇੱਕ ਛੋਟਾ ਜਿਹਾ ਸ਼ਹਿਰ ਹੈ ਇਹ ਜਨਾਬ, ਉੱਥੋਂ ਤਸ਼ਰੀਫ ਲੈ ਕੇ ਆਏ ਨੇ ਤਸੱਲੀ ਕਰਕੇ। ਮੈਂ ਜੇ ਅਸੀਂ ਲੋਡ ਕਰਾਉਣ ਲੱਗੇ ਹਾਂ, ਡਾਲਾ ਜਨਾਬ ਥੋੜ੍ਹਾ ਜਿਹਾ ਦੂਰ ਖੜਾ, ਕਿਉਂਕਿ ਵੱਡਾ ਡਾਲਾ ਸੀ, ਇਸ ਕਰਕੇ ਥੋੜ੍ਹਾ ਇੱਥੇ ਆ ਨਹੀਂ ਸਕਦਾ, ਜਗ੍ਹਾ ਕਲੋਜ਼ ਜਗ੍ਹਾ, ਇਸ ਕਰਕੇ ਉਮੀਦ ਹੈ ਅੱਜ ਵਾਲੀ ਵੀਡੀਓ ਬੇਹੱਦ ਲਾਜਵਾਬ ਲੱਗੇਗੀ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ, ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਨਾਲ। ਧੰਨਵਾਦ।